ਅੰਮ੍ਰਿਤਸਰ ਵਿਖੇ ਇੱਕ SHO 'ਤੇ ਹਮਲਾ ਹੋ ਗਿਆ। ਦੋ ਗੁੱਟਾਂ ਦੇ ਵਿਚਕਾਰ ਲੜਾਈ ਚੱਲ ਰਹੀ ਸੀ। SHO ਮੌਕੇ 'ਤੇ ਪਹੁੰਚ ਗਿਆ, ਇੱਕ ਧਿਰ SHO 'ਤੇ ਹਮਲਾ ਕਰ ਦਿੰਦੇ। ਇਸ ਮਸਲੇ ਦੇ ਵਿੱਚ ਅਸੀਂ ਉੱਥੋਂ ਦੇ ACP ਗੁਰਿੰਦਰਬੀਰ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਅਤੇ ਪੂਰਾ ਮਸਲਾ ਸਮਝਿਆ। ACP ਸਾਹਿਬ, ਕਿ ਪੂਰਾ ਮਸਲਾ ਕੀ ਹੈ ਅਤੇ ਕੌਣ ਲੋਕ ਨਿਕਲੇ ਨੇ ਜਿਨ੍ਹਾਂ ਨੇ SHO 'ਤੇ ਹਮਲਾ ਕੀਤਾ? ਇਹਦੇ ਵਿੱਚ ਨਾ ਜੀ, ਕੱਲ ਰਾਤੀ ਉਹਨਾਂ ਨੂੰ ਇਨਫੋਰਮੇਸ਼ਨ ਆਈ ਕਿ ਮੁੱਦਲ ਅੱਡਾ ਪੈਂਦਾ ਜੀ, ਉੱਥੇ ਇੱਕ ਪੈਟਰੋਲ ਪੰਪ ਦੇ ਲਾਗੇ ਕੋਈ ਦੋ ਧਿਰਾਂ ਆਪਸ ਦੇ ਵਿੱਚ ਲੜ ਰਹੀਆਂ ਵਾਹਵਾ ਜ਼ਿਆਦਾ ਜੀ। ਜਦੋਂ ਉੱਥੇ SHO ਸਾਹਿਬ ਪਹੁੰਚੇ ਆਪਣੀ ਪਾਰਟੀ ਦੇ ਨਾਲ, ਉਸ ਪਾਰਟੀ ਨਾਲ ਜੀ, ਉਹਨਾਂ ਦੇ ਵਿੱਚੋਂ ਇੱਕ ਪਾਰਟੀ ਜਿਹਨਾਂ ਦੇ ਵਿੱਚ ਇੱਕ ਸੁਖਜੀਤ ਸਿੰਘ ਨਾਮ ਦਾ ਫੌਜੀ ਸੀ ਜੀ, ਉਹਨਾਂ ਨੇ ਇਹਨਾਂ ਦੇ ਉੱਪਰ ਅਟੈਕ ਕਰਤਾ ਜੀ, ਕੰਨ ਤੇ ਵੀ ਵਾਰ ਕੀਤਾ, ਸਿਰ ਦੇ ਵਿੱਚ ਵੀ 10-3 ਵਾਰ ਕੀਤਾ ਜੀ, ਤੇ ਉਸ ਤੋਂ ਬਾਅਦ ਉੱਥੋਂ ਵਾਰ ਕਰਕੇ ਤੇ ਫਰਾਰ ਹੋ ਗਏ ਜੀ। ਤੇ ਇਹ ਆਪਣੇ ਜਿਹੜੇ SHO ਸੀ, ਇਹ ਸਿਵਲ ਦੇ ਵਿੱਚ ਸੀ? ਸਿਵਲ ਦੇ ਵਿੱਚ ਨਹੀਂ, ਵਿਅਕਤੀ ਜਿਵੇਂ ਸੈਮੀ ਯੂਨੀਫਾਰਮ ਕਰ ਲੈਂਦੇ ਕਿਸੇ ਵੇਲੇ, ਚਿੱਟੀ ਕੇ ਥੱਲੇ ਪੈਂਟ ਵਗੈਰਾ ਪਾਈ ਹੁੰਦੀ ਤੇ ਸ਼ਰਟ ਸੀ। ਹਾਂ, ਪੈਂਟ ਸ਼ੂਜ਼ ਤੋਂ ਪਤਾ ਲੱਗ ਹੀ ਜਾਂਦਾ, ਵੈਸੇ ਦੱਸਣ 'ਚ ਵੀ ਬੰਦੇ ਨੂੰ ਪਤਾ ਤੇ ਲੱਗ ਹੀ ਜਾਂਦਾ ਵੀ SHO ਨੇ ਉੱਥੋਂ ਦੀ ਜੀ 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 ਹਾਂਜੀ ਹਾਂਜੀ। ਤੇ ਨਾਲ ਇਹਨਾਂ ਦੇ ਹੋਰ ਵੀ ਮੁੰਡੇ ਨਫਰੀ ਹੋਏਗੀ, ਇਕੱਲੇ ਤੇ ਨਹੀਂ ਗਏ ਹੋਣਗੇ? ਨਫਰੀ ਹੈਗੀ ਸੀ, ਬਾਕੀ ਵੀ ਸੀ, ਗਨਮੈਨ ਸੀ, ਇੱਕ ਹੋਰ ASI ਵੀ ਸੀਗੇ ਜੀ। ਹਾਂਜੀ, ਇਸ ਦੇ ਬਾਵਜੂਦ ਵੀ ਉਹਨਾਂ ਦੇ ਇੰਨੇ ਹੌਸਲੇ ਬੁਲੰਦ ਕਿ ਉਹਨਾਂ ਨੇ ਸਿੱਧਾ SHO ਤੇ ਅਟੈਕ ਕਰਤਾ ਜੀ? ਉਹ ਕਿਉਂਕਿ ਉਹਨਾਂ ਦੀ ਨਾ ਪਹਿਲਾਂ ਲੜਾਈ ਬਹੁਤ ਜ਼ਿਆਦਾ ਵਾਇਲੈਂਟ ਚੱਲ ਰਹੀ ਸੀ ਜੀ, ਨਸ਼ਾ ਪੱਤਾ ਵੀ, ਨਸ਼ੇ ਦੇ ਵਿੱਚ ਵੀ ਸੀਗੇ ਉਹ ਜੀ, ਤੇ ਉਹਨਾਂ ਨੇ ਜਿੱਦਾਂ ਕਿਉਂਕਿ ਉੱਥੇ ਉਸ ਏਰੀਆ 'ਚ ਹੈ ਵੀ ਹਨੇਰਾ ਜਿਹਾ ਜੀ, ਉਹ ਇਹਨਾਂ ਦੇ ਉੱਪਰ ਮਤਲਬ ਜਿਹੜੇ ਇਹਨਾਂ ਨੂੰ ਰੋਕ ਰਹੇ ਸੀ, ਕਿਉਂਕਿ ਇਹਨਾਂ ਦਾ ਤਾਂ ਮਕਸਦ ਸੀ ਵੀ ਜੇ ਦੋ ਤਰ੍ਹਾਂ ਲੜੀਆਂ ਤੇ ਇਹਨਾਂ ਨੇ ਫੜ ਕੇ ਲੈ ਕੇ ਜਾਣੀ, ਜਿਹਨਾਂ ਦੇ ਕੋਲ ਤੇਜ਼ਧਾਰ ਹਥਿਆਰ ਸੀ ਉਸ ਵੇਲੇ, ਦਾਤਰ ਵਗੈਰਾ ਜੀ ਜੀ, ਉਹਨਾਂ ਨੇ ਆਪਣੇ ਜਿਹੜਾ ਜਿਹਦਾ ਇਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਉਹਨੂੰ ਰਜਿਸਟ ਕੀਤਾ ਜੀ, ਉਹਦੇ ਤਹਿਤ ਹੀ ਉਹਨਾਂ ਨੇ ਉਹ ਜਿਹੜੀ ਤਲਖੀ ਜਿਹਦੇ ਵਿੱਚ ਗਈ, ਉਹਨਾਂ ਨੇ ਇੱਥੇ ਇਹਨਾਂ ਨੂੰ ਅਟੈਕ ਕਰਤਾ। ਉਹਨਾਂ ਕੋਲ ਹੋਰ ਵੀ ਕੋਈ ਆਰਮ ਸੀ ਜੀ? ਉਹਨਾਂ ਕੋਲ ਦਾਤਰ ਸੀ ਤੇ ਕੁਛ ਉਹਨਾਂ ਕੋਲ ਨਾ ਜਿਵੇਂ ਹੋਰ ਹੀ ਤਰੀਕੇ ਦੇ ਮੋਡੀਫਾਈਡ ਜੇ ਕਰਕੇ ਹੈ, ਤੇਜ਼ਧਾਰ ਹੀ ਸੀ ਚੀਜ਼ਾਂ, ਜਿਵੇਂ ਕੋਈ ਉਹ ਇੱਕ ਸਾਈਕਲ ਦੀ ਗਰਾਰੀ ਜੀ ਟਾਈਪ ਹੁੰਦੀ ਆ ਜੀ, ਇੱਦਾਂ ਦੀਆਂ ਟਾਈਪ ਚੀਜ਼ਾਂ ਸੀ ਤਿੱਖੀਆਂ ਹੀ। ਕੋਈ ਅਸਲਾ ਤੇ ਨਹੀਂ ਹੋਰ ਹੈਗਾ ਜੀ? ਨਹੀਂ, ਹੋਰ ਨਹੀਂ ਸੀ, ਤਿੱਖੀਆਂ ਚੀਜ਼ਾਂ ਸੀ। ਤੇ ਕਿੰਨੇ ਕੁ ਲੋਕ ਸੀ ਜਿਨ੍ਹਾਂ ਦੇ ਦੋ ਧਿਰਾਂ ਦੇ ਵਿਚਕਾਰ ਲੜਾਈ ਹੋ ਰਹੀ ਸੀ? ਇਹ ਜਿਹੜੀ ਪਾਰਟੀ ਨੇ ਤੇ ਜਦੋਂ ਪੁਲਿਸ ਤੇ ਅਟੈਕ ਕੀਤਾ, ਉਹ 5-6 ਜਾਣੇ ਸੀ ਜੀ, ਉਹਨਾਂ ਦੀ ਪਹਿਲਾਂ ਜਿਹੜੀ ਪਾਰਟੀ ਨਾਲ ਲੜਾਈ ਹੋ ਰਹੀ ਸੀ ਉਦੋਂ ਮੌਕੇ ਤੋਂ ਜਾ ਚੁੱਕੀ ਸੀ ਜੀ, ਉਹਦੇ ਵਿੱਚ ਵੀ ਕੋਈ 5-6 ਜਾਣੇ ਸੀ, ਮਤਲਬ ਦੋ ਧਿਰਾਂ, ਦੋ ਮੁੰਡੇ ਆਪਸ ਦੇ ਵਿੱਚ, ਉਹਨਾਂ ਦੇ ਦੋ ਗੁੱਟ ਲੜੇ ਆਪਸ ਚ ਜੀ। ਤੇ ਇਹ ਜਿਹੜੇ ਜਿਹੜੇ ਸੁਖਜੀਤ ਸਿੰਘ ਹੈ ਜਿਹੜਾ ਫਰਾਰ ਹੋ ਚੁੱਕਾ, ਇਹ ਫੌਜੀ ਹੈ ਜੀ? ਜਿਹੜੇ SHO ਨੇ ਉਹਨਾਂ ਦੀ ਸਿਹਤ ਠੀਕ ਜੀ ਹੁਣ? ਉਹਨਾਂ ਦੀ ਸਿਹਤ ਠੀਕ ਹੈ ਜੀ, ਜਿਹੜਾ ਹੈਗਾ ਸੀ ਕੰਨ ਵਗੈਰਾ ਦਾ ਤੇ ਉਹਨਾਂ ਦੀ ਹਸਪੀਟਲ ਇਲਾਜ ਹੋ ਗਿਆ ਜੀ, ਤੇ ਠੀਕ ਨੇ। ਨਹੀਂ, ਦੱਸ ਰਹੇ ਨਾ, ਸੁਣਨ ਦੇ ਵਿੱਚ ਆ ਰਿਹਾ ਕਿ ਉਹ ਤੇ ਨਹੀਂ, ਟਾਂਕੇ ਵਗੈਰਾ ਵੀ ਲੱਗੇ ਸਿਰ ਤੇ ਔਰ ਕੰਨ ਤੇ ਜੀ ਕੁਛ? ਹਾਂਜੀ ਹਾਂਜੀ, ਦੋਨਾਂ ਤੇ ਲੱਗੇ ਨੇ ਜੀ 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 ਜੀ। ਤੇ ਇਹ SHO ਕਦੋਂ ਕਿਤੇ ਲੱਗੇ ਸੀ ਇੱਥੇ ਜੀ? ਇੱਥੇ ਲੱਗੇ ਨੇ ਅਰਾਊਂਡ ਕੋਈ 2 ਮਹੀਨੇ ਤੋਂ ਲੱਗੇ ਨੇ ਜੀ ਜੀ ਜੀ। ਫਿਲਹਾਲ ਛਾਪੇ ਮਾਰੀ, ਕੋਈ ਗ੍ਰਿਫਤਾਰ ਨਹੀਂ ਹੋਇਆ ਜੀ? ਜੀ ਨਹੀਂ, ਇੱਕ ਅਸੀਂ ਕਰ ਲਿਆ, ਅਪਰੀਹੈਂਡ ਕਰ ਲਿਆ, ਜਿਹੜਾ ਮੇਨ ਸੀ ਨਾ ਇਹਦੇ ਵਿੱਚ ਸੁਖਜੀਤ, ਜਿਹੜਾ ਫੌਜੀ ਸੀ ਜੀ ਜੀ, ਜਿਹਨੇ ਮੇਨ ਅਟੈਕ ਕੀਤਾ, ਜਿਹੜਾ ਮੇਨ ਸਾਰੇ ਕੰਸਪੀਰੇਟਰ ਸੀ ਸਾਰੀ ਜਿਹਨੇ ਕਰਾਈ, ਉਹ ਅਸੀਂ ਕਰ ਲਿਆ। ਅੱਛਾ, ਇਹ ਜਿਹੜੇ ਫੌਜੀ ਹੈ ਇਹਦੇ ਮਹਿਕਮੇ ਨੂੰ ਵੀ ਲਿਖਿਆ ਜਾ ਸਕਦਾ ਜੀ ਡਿਪਾਰਟਮੈਂਟ ਵੱਲੋਂ? ਬਿਲਕੁਲ ਜੀ, ਅਸੀਂ ਜਿਹੜਾ FIR ਦਾ ਹਵਾਲਾ ਦੇ ਕੇ ਜੀ ਉਹਦੇ ਵਿੱਚ ਉਹਨਾਂ ਨੂੰ ਝਾਂਚ ਲਵਾਂਗੇ, ਉਹਨਾਂ ਨੂੰ ਲਿਖਾਂਗੇ ਜੀ ਜੀ ਜੀ। ਹੁਣ ਤੁਸੀਂ ਆਪ ਸੁਣਿਆ ACP
ਈਸਟ ਅੰਮ੍ਰਿਤਸਰ ਗੁਰਿੰਦਰਬੀਰ ਸਿੰਘ ਹੋਣਾ ਨੇ ਸਾਰੀ ਕਹਾਣੀ ਦੱਸੀ ਆ। ਪੂਰਾ ਇੱਕ ਵਾਰ ਮਸਲਾ ਫਿਰ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ SHO ਤੇ ਹੀ ਦੋ ਧਿਰਾਂ ਦੇ ਵਿੱਚ ਜਿਹੜੀ ਲੜਾਈ ਹੋ ਰਹੀ ਸੀ ਅਤੇ SHO ਤੇ ਹੀ ਦਾਤਰ ਦੇ ਨਾਲ ਅਟੈਕ ਕਰ ਦਿੱਤਾ, ਜਿਸ ਕਰਕੇ ਉਹਨਾਂ ਦੇ ਸਿਰ 'ਤੇ ਵੀ ਸੱਟਾਂ ਲੱਗੀਆਂ ਅਤੇ ਕੰਨ 'ਤੇ ਵੀ ਉਹਨਾਂ ਦੇ ਟਾਂਕੇ ਲੱਗੇ ਨੇ। ਫਿਲਹਾਲ SHO ਜੇਰੇ ਇਲਾਜ ਨੇ। ਅੰਮ੍ਰਿਤਸਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜਾ ਅਟੈਕ ਕੀਤਾ ਜਿਸ ਬੰਦੇ ਨੇ ਉਹ ਫੌਜੀ ਨਿਕਲਿਆ, ਭਾਰਤੀ ਫੌਜ ਦੇ ਵਿੱਚੋਂ ਬਤੌਰ ਸਿਪਾਹੀ ਡਿਊਟੀ 'ਤੇ ਤੈਨਾਤ ਆ, ਲੇਕਿਨ ਦੋ ਧਿਰਾਂ ਦੀ ਲੜਾਈ ਸੀ ਅਤੇ ਉੱਥੇ ਹੀ ਕਾਂਡ ਵਾਪਰਿਆ। ਸਭ ਤੋਂ ਵੱਡੀ ਗੱਲ ਹੈ ਕਿ ਹੈਰਾਨੀ ਇਸ ਗੱਲ ਦੀ ਹੈ ਕਿ SHO ਦੇ ਨਾਲ ਚਾਹੇ ਰਾਤ ਦਾ ਟਾਈਮ ਸੀ ਸਿਵਲ ਯੂਨੀਫੋਰਮ ਦੇ ਵਿੱਚ ਹੀ, ਪਰ ਨਾਲ ਉਹਨਾਂ ਦੇ ਜਿਹੜੇ ਸਿਪਾਹੀ ਜਾਂ ASI ਸੀ ਉਹ ਯੂਨੀਫੋਰਮ ਦੇ ਵਿੱਚ ਹੀ। ਇਸ ਦੇ ਬਾਵਜੂਦ ਉੱਥੇ ਇੱਕ ਧਿਰ ਨੇ SHO 'ਤੇ ਸਿੱਧਾ ਹਮਲਾ ਕਰ ਦਿੱਤਾ, ਜਿਸ ਕਰਕੇ ਜ਼ਖਮੀ ਹੋਈ SHO ਨੂੰ ਅੰਮ੍ਰਿਤਸਰ ਦੇ ਇੱਕ ਰਾਤ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਔਰ ਘਟਨਾ ਤੋਂ ਬਾਅਦ ਮੁੱਖ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀਆਂ ਨੂੰ ਫੜਨ ਵਾਸਤੇ ਪੁਲਿਸ ਨੇ ਟੀਮਾਂ ਬਣਾ ਦਿੱਤੀਆਂ। ਇਸ ਮਸਲੇ ਦੇ ਵਿੱਚ ਉੱਥੋਂ ਦੀ ਜਿਹੜੀ ਪੁਲਿਸ ਆ ਹਰਕਤ ਵਿੱਚ ਆ ਚੁੱਕੀ ਆ। ਮਸਲਾ ਕੀ ਆ ਕਿ ਪਿੰਡ ਮੂਧਲ ਦੇ ਪੈਟਰੋਲ ਪੰਪ ਦੇ ਨੇੜੇ ਦੋ ਧਿਰਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੋ ਰਹੀ ਸੀ। ਪੁਲਿਸ ਨੂੰ ਜਦੋਂ ਇਸ ਦੀ ਸੂਚਨਾ ਮਿਲ ਜਾਂਦੀ ਆ ਤਾਂ ਵੇਰਕਾ ਪੁਲਿਸ ਸਟੇਸ਼ਨ ਦੀ SHO ਅਮਨਜੋਤ ਕੌਰ ਸੋਹੀ ਆਪਣੀ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚ ਜਾਂਦੀ ਹੈ। ਇਸੇ ਦੌਰਾਨ ਉਹਨਾਂ 'ਤੇ ਹੀ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਔਰ ਘਟਨਾ ਦਾ ਜਿਹੜਾ ਮੁੱਖ ਦੋਸ਼ੀ ਆ ਉਹ ਸੁਖਜੀਤ ਸਿੰਘ ਫੌਜੀ ਆ, ਜੋ ਭਾਰਤੀ ਫੌਜ ਦੇ ਵਿੱਚ ਬਤੌਰ ਸਿਪਾਹੀ ਕੰਮ ਕਰ ਰਿਹਾ। ਇਸ ਸਮੇਂ ਉਹ ਡਿਊਟੀ 'ਤੇ ਆਇਆ ਸੀ, ਉਸਨੇ ਹੀ ਸਿੱਧਾ ਵਾਰ SHO 'ਤੇ ਕਰ ਦਿੱਤਾ। ਫਿਲਹਾਲ ਪੁਲਿਸ ਨੇ ਵੇਰਕਾ ਪੁਲਿਸ ਸਟੇਸ਼ਨ ਦੇ ਵਿੱਚ FIR 55 ਦੇ ਤਹਿਤ ਵੱਖ ਵੱਖ ਧਾਰਾਵਾਂ ਦੇ ਅਧੀਨ ਮੁਕੱਦਮਾ ਦਰਜ ਕਰ ਲਿਆ। IPC ਦੀ ਧਾਰਾ 109, 121, 351, 132, 221, 191 BNS ਦੇ ਤਹਿਤ ਇਹ ਕੇਸ ਰਜਿਸਟਰ ਕੀਤਾ ਗਿਆ। ਦੋ ਪਾਰਟੀਆਂ ਦੇ ਵਿੱਚ ਜੋ ਆਪਸ ਵਿੱਚ ਝਗੜਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਵੀ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਜੋ ਜਾਣਕਾਰੀ ਹੁਣ ਮਿਲੀ ਆ ਕਿ ਘਟਨਾ ਅੰਮ੍ਰਿਤਸਰ ਦੇ ਵੇਰਕਾ ਥਾਣੇ ਦੇ ਅਧੀਨ ਪੈਂਦੇ ਪਿੰਡ ਮੂਧਲ ਦੀ ਆ। ਬੀਤੀ ਰਾਤ ਪਿੰਡ ਮੂਧਲ ਵਿੱਚ ਦੋ ਗੁੱਟਾਂ ਦੇ ਵਿੱਚ ਝਗੜਾ ਹੋ ਰਿਹਾ ਸੀ ਔਰ ਉੱਥੋਂ ਸੂਚਨਾ ਮਿਲਦੀ ਆ, ਵੇਰਕੇ ਪੁਲਿਸ ਸਟੇਸ਼ਨ ਪਹੁੰਚਦੀ ਆ ਅਤੇ ਮੌਕੇ 'ਤੇ ਫਿਰ SHO ਸੋਹੀ ਆਪਣੀ ਟੀਮ ਦੇ ਨਾਲ ਪਹੁੰਚਦੇ ਅਤੇ ਰਾਤ ਦਾ ਸਮਾਂ ਹੋਣ ਕਾਰਨ ਚਾਹੇ ਉਹਨਾਂ ਨੇ ਵਰਦੀ ਨਹੀਂ ਸੀ, ਲੇਕਿਨ ਉਹਨਾਂ ਦੇ ਨਾਲ ਜਿਹੜੀ ਪੁਲਿਸ ਪਾਰਟੀ ਸੀ ਉਹ ਯੂਨੀਫੋਰਮ ਦੇ ਵਿੱਚ ਹੀ। ਪਰ ਜਦ ਉਹਨਾਂ ਨੂੰ ਪਤਾ ਵੀ ਲੱਗ ਗਿਆ ਸੀ ਕਿ ਪਾਰਟੀ ਨੂੰ ਜਿਸ ਨੇ ਹਮਲਾ ਕੀਤਾ ਕਿ ਪੁਲਿਸ ਪਹੁੰਚ ਚੁੱਕੀ ਆ, ਇਸ ਦੇ ਬਾਵਜੂਦ ਉਹਨਾਂ ਕੋਲ ਤੇਜ਼ ਹਥਿਆਰ ਸੀ, ਦਾਤਰ ਸੀ ਜਾਂ ਹੋਰ ਹਥਿਆਰ ਜਿਹੜੇ ਬਣਾਏ ਗਏ ਸੀ ਉਹਨਾਂ ਦੇ ਨਾਲ SHO 'ਤੇ ਹਮਲਾ ਕਰ ਦਿੱਤਾ। ਜੋ ਜਾਣਕਾਰੀ ਮਿਲੀ ਆ ਹਮਲਾ ਕਰਨ ਵਾਲਿਆਂ ਦੇ ਵਿੱਚ ਜਿਸ ਸ਼ਖਸ ਨੇ SHO 'ਤੇ ਹਮਲਾ ਕੀਤਾ ਉਹਦੇ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ, ਲੇਕਿਨ SHO ਦੇ ਸਿਰ 'ਤੇ ਵੀ ਸੱਟਾਂ ਲੱਗੀਆਂ ਔਰ ਉਹਨਾਂ ਦੇ ਕੰਨ 'ਤੇ ਵੀ ਆ ਟਾਂਕੇ ਲੱਗੇ ਹੋਏ ਨੇ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ। ਮੌਕੇ 'ਤੇ ਨਾਲ ਪੁਲਿਸ ਜੋ ਟੀਮ ਪਾਰਟੀ ਗਈ ਸੀ ਉਹਨਾਂ ਨੇ ਉਹਨਾਂ ਨੂੰ ਉੱਥੋਂ ਚੁੱਕਿਆ ਅਤੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਿੱਥੇ ਇਲਾਜ ਚੱਲ ਰਿਹਾ। ਫਿਲਹਾਲ SHO ਅਮਨਜੋਤ ਕੌਰ ਸੋਹੀ ਦਾ ਨੂੰ ਲੈ ਕੇ ਪੁਲਿਸ ਦੇ ਵੱਡੇ ਅਧਿਕਾਰੀ ਵੀ ਪਹੁੰਚੇ ਨੇ ਔਰ ਉੱਥੋਂ ਦੇ ਪੁਲਿਸ ਕਮਿਸ਼ਨਰ ਨੇ ਵੀ ਗੱਲਬਾਤ ਕੀਤੀ ਆ। ਟੀਮਾਂ ਦਾ ਗਠਨ ਕਰ ਦਿੱਤਾ ਗਿਆ ਕਿ ਜਿਹੜੀਆਂ ਵੀ ਧਿਰਾਂ ਇਸ ਲੜਾਈ ਦੇ ਵਿੱਚ ਸ਼ਾਮਿਲ ਸੀ ਉਹਨਾਂ ਦੇ ਖਿਲਾਫ਼ ਤੇ ਮੁਕੱਦਮਾ ਦਰਜ ਕਰ ਲਿਆ ਗਿਆ, ਪਰ ਨਾਲ ਦੇ ਨਾਲ ਗ੍ਰਿਫਤਾਰ ਕਰਨ ਵਾਸਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਆ, ਜਿੱਥੇ ਪੁਲਿਸ ਟੀਮਾਂ ਨੇ ਵੀ ਛਾਪੇਮਾਰੀ ਸ਼ੁਰੂ ਕਰ ਦਿੱਤੀ। ਨਾਲ ਦੇ ਨਾਲ ਇਹ ਮਸਲਾ CI ਦੀਆਂ ਟੀਮਾਂ ਵੀ ਛਾਪੇਮਾਰੀ ਕਰੇ ਕਿ ਦੋਨਾਂ ਧਿਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।
ਦੋਨਾਂ ਧਿਰਾਂ ਦੇ ਵਿੱਚ ਝਗੜਾ ਸੀ, ਇੱਕ ਪੁਲਿਸ ਤੋਂ ਪਹਿਲਾਂ ਧਿਰ ਜਾ ਚੁੱਕੀ ਸੀ ਲੇਕਿਨ ਦੂਜੀ ਧਿਰ ਉੱਥੇ ਹੀ ਖੜੀ ਰਹੀ ਹੈ। ਜਦ ਪੁਲਿਸ ਪਾਰਟੀ ਪਹੁੰਚੀ ਤੇ ਫਿਰ ਜੋ ਪਹਿਲਾਂ ਹੀ ਤਲਖੀ ਦੇ ਵਿੱਚ ਸੀ ਤੇ ਫਿਰ ਉਹਨਾਂ ਨੇ, ਉਹਨਾਂ ਵਿੱਚੋਂ ਇੱਕ ਨੇ ਪੁਲਿਸ ਪਾਰਟੀ ਤੇ ਹੀ ਹਮਲਾ ਕਰ ਦਿੱਤਾ। ਜਦੋਂ SHO ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤਾਂ ਕਈ ਉੱਥੇ ਜਿਹੜੇ ਖੜੇ ਸੀ ਉਹ ਭੱਜ ਗਏ ਨੇ। ਇਹਨਾਂ ਦੀ ਗਿਣਤੀ ਕੋਈ 7-8 ਜਣਿਆਂ ਦੀ ਦੱਸੀ ਜਾ ਰਹੀ ਸੀ, ਪਰ ਇੱਕ ਜਣਾ ਫੜਿਆ, ਬਾਕੀ ਵੀ ਪੁਲਿਸ ਉਹਨਾਂ ਦੇ ਘਰਾਂ 'ਤੇ ਛਾਪੇਮਾਰੀ ਕਰ ਰਹੀ ਆ। ACP ਗੁਰਿੰਦਰਬੀਰ ਸਿੰਘ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜੋ ਫੌਜੀ ਆ ਉਹ ਛੁੱਟੀ 'ਤੇ ਆਇਆ ਸੀ ਲੇਕਿਨ ਲਾਜ਼ਮੀ ਤੌਰ 'ਤੇ FIR ਦਰਜ ਕਰਕੇ ਉਹਦੀ ਮਹਿਕਮੇ ਦੇ ਵਿੱਚ ਭੇਜਿਆ ਜਾਊ, ਕਿਉਂਕਿ ਇਹੋ ਜਿਹੇ ਬੰਦਿਆਂ ਦੇ ਖਿਲਾਫ਼ ਫਿਰ ਮਹਿਕਮਾ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਲੇਕਿਨ ਫਿਲਹਾਲ ਆ ਕਿ ਲੋਕਾਂ ਦੇ ਹੌਂਸਲੇ ਇੰਨੇ ਬੁਲੰਦ ਆ ਕਿ ਯੂਨੀਫਾਰਮ ਦੇ ਵਿੱਚ ਪਹੁੰਚੀ ਹੋਈ ਪੁਲਿਸ ਔਰ ਪੁਲਿਸ ਦਾ SHO ਉਸ 'ਤੇ ਹੀ ਅਗਰ ਹਮਲਾ ਹੋ ਜਾਵੇ ਤਾਂ ਤੇ ਲਾਜ਼ਮੀ ਤੌਰ 'ਤੇ ਇਹ ਗੱਲ ਚਿੰਤਾ ਵਾਲੀ ਆ। ਇਸ ਜਾਣਕਾਰੀ ਦੇਣ ਤੁਹਾਡੇ ਤੋਂ ਆਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।